ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੁਖਦਾਈ ਖਬਰ ਆ ਵਿਦੇਸ਼ ਦੇ ਵਿੱਚ ਮਾਰੇ ਪੁੱਤ ਦੀ ਰਸਤੇ 'ਚ ਆ ਰਹੀ ਸੀ লাশ ਪਰ ਅਚਾਨਕ ਜੋ ਵਾਪਰ ਗਿਆ ਪਾਣਾ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਵਿਦੇਸ਼ ਦੇ ਵਿੱਚ ਮਰੇ ਪੁੱਤਰ ਦੀ ਰਸਤੇ ਦੇ ਵਿੱਚ ਆਰੀ লাশ ਪਰ ਅਚਾਨਕ ਘਰ ਦੇ ਵਿੱਚ ਜੋ ਵਾਪਰ ਗਿਆ ਉਹ ਕਿਸੇ ਦੇ ਸੁਪਨੇ ਚ ਨਹੀਂ ਸੋਚਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਜ਼ਿਲ੍ਹਾ ਹਸ਼ਿਆਰਪੁਰ ਦੇ ਅਧੀਨ ਆਉਂਦੇ ਮਾਹਲਪੁਰ ਦੇ ਨਜ਼ਦੀਕ ਪਿੰਡ ਲੰਗੇਰੀ ਤੋਂ ਸਾਹਮਣੇ ਆਈ ਹੈ ਜਿੱਥੇ ਆਪਣੀ ਰੋਜੀ ਰੋਟੀ ਦੀ ਖਾਤਰ ਰូមਾਨੀਆ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਦੱਸਿਆ 30 ਅਪ੍ਰੈਲ ਨੂੰ ਉਹਨਾਂ ਵੱਲੋਂ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਗਈ ਬਿਲਕੁਲ ਠੀਕ ਸੀ ਪਰ ਕੁਝ ਦਿਨਾਂ ਬਾਅਦ ਏਜੰਟ ਦਾ ਫੋਨ ਆਇਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ بیٹے ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਆ ਜਿਸ ਕਾਰਨ ਪਰਿਵਾਰ ਵੱਲੋਂ ਏਜੰਟ ਨੂੰ ਉਹਨਾਂ ਦੇ ਪੁੱਤਰ ਦੀ Laash ਭਾਰਤ ਵਾਪਸ ਲਿਆਉਣ ਲਈ ਆਖਿਆ ਗਿਆ ਜਿੱਥੇ ਭਰੋਸਾ ਦਵਾਇਆ ਗਿਆ ਕਿ 8-10 ਦਿਨਾਂ ਵਿੱਚ ਉਹਨਾਂ ਦੀ ਪੁੱਤਰ ਦੀ Laash ਵਾਪਸ ਉਹਨਾਂ ਦੇ ਪਿੰਡ ਆ ਜਾਵੇਗੀ ਜਿਸ ਵੱਲੋਂ ਹਲਫੀਆ ਬਿਆਨ ਦੇ ਕੇ ਸਭ ਕੁਝ ਕੀਤਾ ਗਿਆ ਪਰ ਸਮਾਂ ਬੀਤ ਜਾਣ ਤੇ ਪੁੱਤਰ ਦੀ Laash ਪਿੰਡ ਨਾ ਆਉਣ ਤੇ ਪਿੰਡ ਵਾਸੀਆਂ ਵੱਲੋਂ ਭਾਜਪਾ ਆਗੂ ਅਵਨਾਸ਼ ਰਾਏ ਖੰਨਾ ਭਗਵੰਤ ਮਾਨ ਅਤੇ ਮਨੀਸ਼ ਤਿਵਾੜੀ ਨੂੰ ਅਪੀਲ ਕੀਤੀ ਗਈ ਸੀ ਜਿਨ੍ਹਾਂ ਸਬਦੇ ਸੰਯੋਗ ਸਦਕਾਰ ਰੋਮਾਨੀਆ ਵਿਖੇ ਭਾਰਤੀ ਦੂਤਾਵਾਸ ਨਾਲ ਗੱਲਬਾਤ ਕਰਨ ਮਗਰੋਂ ਉਹਨਾਂ ਦੇ ਪੁੱਤਰ ਦੀ Laash ਨੂੰ ਭਾਰਤ ਭੇਜਿਆ ਗਿਆ ਪਰਿਵਾਰ ਵਿੱਚ ਉਸ ਸਮੇਂ ਸਥਿਤੀ ਹੋਰ ਗੰਬੀਰ ਹੋ ਗਈ ਜਦੋਂ ਪੁੱਤਰ ਦੀ Laash ਘਰ ਪਰਤਣ ਤੋਂ ਕੁਝ ਘੰਟੇ ਪਹਿਲਾਂ ਹੀ ਮਾਂ ਦੀ ਮੌਤ ਹੋ ਗਈ ਜੋ ਲੰਬੇ ਸਮੇਂ ਤੋਂ ਆਪਣੇ ਪੁੱਤਰ ਦਾ ਮੂੰਹ ਦੇਖਣ ਨੂੰ ਤਰਸ ਰਹੀ ਸੀ ਮਾਂ ਪੁੱਤ ਦੀਆਂ Laashਾਂ ਇਕੱਠੀਆਂ ਘਰ ਦੇ ਵਿੱਚ ਉਹ ਚੱਕੀਆਂ ਗਈਆਂ ਸੋਚੀਖਾ ਚਿੰਨੀਆਂ ਗਈਆਂ ਸੋ ਦੋਹਾਂ ਦਾ ਇਕੱਠਾ ਹੀ ਸੰਸਕਾਰ ਕੀਤਾ ਗਿਆ ਤੇ ਦੋਹਾਂ ਦੀ ਰਾਖ ਨੂੰ ਵੀ ਇਕੱਠਾ ਹੀ ਪਾਇਆ ਗਿਆ ਸੋ ਦੁੱਖਦਾਈ ਖਬਰ ਨੇ ਇਲਾਕੇ ਦੇ ਵਿੱਚ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਮ੍ਰਿਤਕ ਨੌਜਵਾਨ ਦਾ ਨਾ ਕੁਲਦੀਪ ਸਿੰਘ ਜੋ ਕਿ ਏਜੰਟ ਰਾਹੀਂ ਅਪ੍ਰੈਲ ਮਹੀਨੇ ਦੇ ਵਿੱਚ ਰੂਮਾਨੀਆ ਗਿਆ ਸੀ ਜਿੱਥੋਂ ਮੌਤ ਉਸ ਨੂੰ ਲੈ ਗਈ ਤੇ ਉਹ ਘਰ ਆਉਣ ਤੋਂ ਪਹਿਲਾਂ ਮਾਂ ਨੂੰ ਪੁੱਤ ਦਾ ਮੂੰਹ ਵੇਖਣਾ ਵੀ ਨਸੀਬ ਨਾ ਹੋਇਆ ਤੇ ਮਾਂ ਵੀ ਉਸ ਦੇ ਨਾਲ ਹੀ ਚਲੀ